a South Asian Canadian channel. ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖਟਕਲ ਕਲਾਂ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਫੁੱਲਾਂ ਦੇ ਨਾਲ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਆਵਾਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨ ਪੀੜ੍ਹੀ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੈਨੂੰ ਇਹ ਐਲਾਨ ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼ਹੀਦ ਭਗਤ ਸਿੰਘ ਜੀ ਦੇ ਨਾਂ ਤੇ ਇੱਕ ਸਟੇਟ ਅਵਾਰਡ ਜੋ ਪਿਛਲੇ 7 ਸਾਲਾਂ ਤੋਂ ਬੰਦ ਸੀ ਉਹ ਹੁਣ ਦੇਣਾ ਸ਼ੁਰੂ ਕਰ ਦਿੱਤਾ। ਕੋਈ ਸੀਡੀ ਕੈਸੇਟ ਆਉਂਦੀ ਸੀ, ਕੋਈ ਕਾਰ ਗੱਡੀ ਖਰੀਦਦੇ ਸੀ, ਮੈਂ ਸ਼ੋਰੂਮ ਚੋਂ ਗੱਡੀ ਲੈ ਕੇ ਸਿੱਧਾ ਖਟਕੜ ਕਲਾਂ ਪਹੁੰਚਦਾ ਸੀ ਤੇ ਆ ਕੇ ਇੱਥੇ ਇਹੀ ਮੱਥਾ ਟੇਕਦਾ ਸੀ ਕਿ ਭਗਤ ਸਿੰਘ ਜੀ ਤੁਹਾਡੇ ਕਰਕੇ ਕਾਰਾਂ ਕੋਠੀਆਂ ਵਾਲੇ ਹੋ ਗਏ, ਜੇ ਕਿਤੇ ਤੁਸੀਂ ਕੁਰਬਾਨੀਆਂ ਨਾ ਦਿੰਦੇ ਤਾਂ ਸ਼ਾਇਦ ਅੰਗਰੇਜ਼ਾਂ ਦੇ ਗੁਲਾਮ ਹੋਣੇ ਸੀ ਉਹਨਾਂ ਨੂੰ। ਸੋ ਇਹ ਜਗ੍ਹਾ ਆਮ ਜਗ੍ਹਾ ਨਹੀਂ ਹੈ। ਇਸ ਮਿੱਟੀ ਦੇ ਵਿੱਚ ਸ਼ਹੀਦਾਂ ਦੀਆਂ ਪੈੜਾਂ ਦੇ ਨਕਸ਼ੇ ਨੇ। ਸ਼ਹੀਦ ਆਜ਼ਮ ਭਗਤ ਸਿੰਘ ਉਹ 23 ਸਾਲ ਦੇ ਸੀ ਜਿਸ ਵੇਲੇ ਸ਼ਹੀਦ ਹੋਏ। ਆਪਾਂ 80-90-100 ਸਾਲ ਦੇ, ਕਿਸੇ ਨੇ 70 ਸਾਲ ਦੇ, ਕਿਸੇ ਨੇ 85 ਸਾਲ ਦੇ ਹੋ ਕੇ ਦੁਨੀਆਂ ਤੋਂ ਤੁਰ ਜਾਣਾ, ਪਰ ਭਗਤ ਸਿੰਘ ਹੋਰਾਂ ਨੇ 23 ਸਾਲ ਦੀ ਰਹਿਣਾ, ਹਮੇਸ਼ਾ 23 ਸਾਲ ਦੀ ਰਹਿਣਾ ਉਹਨਾਂ ਨੇ। ਮੈਂ ਬਹੁਤ ਕਿਤਾਬਾਂ ਪੜ੍ਹੀਆਂ ਭਗਤ ਸਿੰਘ ਜੀ ਬਾਰੇ ਬਚਪਨ 'ਚ, ਫਿਰ ਸਕੂਲ 'ਚ, ਫਿਰ ਕਾਲਜ ਵੇਲੇ ਨਾਟਕ ਕਰਦੇ ਉਹਨਾਂ ਦੀਆਂ ਕੋਰੋਗ੍ਰਾਫੀਆਂ 'ਚ ਹਿੱਸਾ ਲਿਆ, ਤਾਂ ਬੜਾ ਲੂੰ ਕੰਡੇ ਖੜੇ ਕਰਨ ਵਾਲੀਆਂ ਕਹਾਣੀਆਂ ਕਿੱਸੇ ਕੇ ਦੌਰਾਨੇ ਜੰਗੇ ਆਜ਼ਾਦੀ ਉਹਨਾਂ ਦਾ ਜਜ਼ਬਾ, ਉਹਨਾਂ ਦੀ ਦ੍ਰਿੜਤਾ ਦੇਖਣ ਵਾਲੀ ਸੀ। ਅੱਜ ਤੋਂ 100 ਸਾਲ ਪਹਿਲਾਂ ਉਹ 15 ਸਾਲ ਦੇ ਹੋ ਗਏ ਸੀ, 17 ਸਾਲ ਦੇ ਤਾਂ ਆਜ਼ਾਦੀ ਦੀ ਜੰਗ 'ਚ ਕੁੱਦ ਪਏ ਸੀ ਉਹ, 17-18 ਸਾਲ ਦੇ ਬੱਚੇ ਨੂੰ, ਜਵਾਕ ਨੂੰ ਇੰਨੀ ਦੇਸ਼ ਨਾਲ ਮੁਹੱਬਤ, ਇੰਨਾ ਫੋਕਸਡ ਦੇਸ਼ ਪ੍ਰਤੀ। ਜਿਸ ਵੇਲੇ ਅੰਗਰੇਜ਼ਾਂ ਦਾ ਜਿਹੜਾ ਰਾਜ ਸੀ, ਕਿਹਾ ਜਾਂਦਾ ਕਿ ਉਹਦੇ 'ਚ ਸੂਰਜ ਨਹੀਂ ਛੁਪਦਾ ਸੀ। ਇਹ ਸੂਰਜ ਨਹੀਂ ਛੁਪਦਾ ਦਾ ਮਤਲਬ ਇਹ ਹੁੰਦਾ ਕਿ ਜਿੱਥੋਂ ਸੂਰਜ ਚੜ੍ਹਦਾ ਸੀ ਉੱਥੇ ਉਹਨਾਂ ਦਾ ਰਾਜ ਹੁੰਦਾ ਸੀ, ਜਿੱਥੇ ਤੱਕ ਸੂਰਜ ਜਾਈ ਜਾਂਦਾ ਸੀ ਉਹਨਾਂ ਦਾ ਰਾਜ ਹੀ ਹੁੰਦਾ ਸੀ। ਮਤਲਬ ਉਹਨਾਂ ਦੇ ਰਾਜ ਦੇ ਵਿੱਚ ਕਦੇ ਵੀ ਇਹ ਨਹੀਂ ਹੋਇਆ ਕਿ ਸੂਰਜ ਨਾ ਹੋਵੇ। ਨਿਊਜ਼ੀਲੈਂਡ ਤੋਂ ਲੈ ਕੇ ਉਹ ਕੈਨੇਡਾ ਤੱਕ ਸੂਰਜ ਜਿਹੜਾ ਸੀ ਜਿਉਂ ਜਿਉਂ ਜਾਈ ਜਾਂਦਾ ਸੀ ਉਹਨਾਂ ਦਾ ਰਾਜ ਵੀ ਉੱਥੇ ਉੱਥੇ ਹੈਗਾ ਸੀ। 17-18 ਸਾਲ ਦੇ ਨੌਜਵਾਨਾਂ ਦਾ ਐਡੇ ਵੱਡੇ ਸਾਮਰਾਜ ਨਾਲ ਮੱਥਾ ਲਾਉਣਾ ਬਹੁਤ ਵੱਡੀ ਗੱਲ ਹੈ। ਮੈਂ ਸੁਣਿਆ ਕਿ ਲੋਕ ਵੀ ਉਹਨਾਂ ਨੂੰ ਮਜ਼ਾਕ ਕਰਦੇ ਸੀ, ਕਹਿੰਦੇ ਕੱਲ੍ਹ ਦੇ ਜਵਾਕ ਆਜ਼ਾਦੀ ਲਿਆਉਣਗੇ, ਇਹ ਕੱਲ੍ਹ ਦੇ ਜਵਾਕ ਅੰਗਰੇਜ਼ਾਂ ਨੂੰ ਭਜਾ ਦੇਣਗੇ ਇੱਥੋਂ। ਪਰ ਉਹਨਾਂ ਨੇ ਠਾਣੀ ਹੋਈ ਸੀ ਕਿ ਕਰਨਾ ਹੀ ਹੈ। ਬੜੀਆਂ ਦਿੱਕਤਾਂ, ਬੜੀਆਂ ਮੁਸ਼ਕਲਾਂ ਆਈਆਂ, ਪਰ ਉਹ ਹਟੇ ਨਹੀਂ। ਜਦੋਂ ਅਸੈਂਬਲੀ ਦੇ ਵਿੱਚ ਬੰਬ ਸੁੱਟਣਾ ਸੀ, ਜਿਹੜੀ ਲਿਸਟ ਬਣੀ, ਪੰਜਾਬੀਓ ਧਿਆਨ ਨਾਲ ਸੁਣ ਲਿਓ, ਅਸੈਂਬਲੀ ਦੇ ਵਿੱਚ ਬੰਬ ਸੁੱਟ ਕੇ ਗ੍ਰਿਫਤਾਰੀਆਂ ਦੇਣੀਆਂ ਸੀ। ਬੰਬ ਕੋਈ ਖਤਰਨਾਕ ਨਹੀਂ ਸੀ, ਕਿਸੇ ਨੂੰ ਮਾਰਨ ਵਾਸਤੇ ਨਹੀਂ ਸੀ, ਸਿਰਫ ਬੋਲੀ ਸਰਕਾਰ ਦੇ ਕੰਨ ਖੋਲਣ ਵਾਸਤੇ ਸੀ ਤੇ ਗ੍ਰਿਫਤਾਰੀਆਂ ਦੇਣੀਆਂ ਸੀ। ਤਾਂ ਉਹਦੇ ਵਿੱਚ ਲਿਸਟ ਦੇ ਵਿੱਚ ਭਗਤ ਸਿੰਘ ਦਾ ਨਾਮ ਨਹੀਂ ਸੀ। ਜਦੋਂ ਭਗਤ ਸਿੰਘ ਜੀ ਨੇ ਲਿਸਟ ਪੜ੍ਹੀ ਕਿ ਮੇਰਾ ਨਾਂ ਤਾਂ ਹੈ ਹੀ ਨਹੀਂ, ਉਹਨਾਂ ਨੇ ਸਭ ਤੋਂ ਥੱਲੇ ਆਪਣਾ ਨਾਂ ਲਿਖ ਲਿਆ।
अपने आप ही तब प्रधान सी नौजवान पार्टी दे नौजवान सभा दे चंद्रशेखर आजाद जी वह बहुत नाराज होए भगत सिंह नाल कि भगत सिंह आ तू की कीता तू अपना नाम लिख लिया उत्थे गिरफ्तारियां देनियां ने थानू गिरफ्तार करके लाहौर ले जाएंगे 302 दे मुकदमे चलते हैं फांसी दे देंगे थानू ते पार्टी नू हजे तेरी बहुत लोड़ है भगत सिंह आ अपना नाम ना लिख तब भगत सिंह का जवाब सुनो वो कहिंदा पंडित जी बिल्कुल ठीक है मेरी पार्टी नू लोड़ है और मैनू गिरफ्तार करनगे और मैनू लाहौर ले जाएंगे मैनू सांडरस के कतलकांड दे विच फांसी होगी पर तुसी आजाद साहब ये सारी लिस्ट पढ़ के देखो इन्हां सारे चो अंग्रेजी बोलने वाला कौन है कल्ला मैं हाँ बाकी अंग्रेजी नहीं आती आपां की करांगे सानू फड़ के लै जाणगे जेल च जावांगे असी वकील नहीं करते अपनी वकालत मुकदमे की खुद करांगे उत्थे अंग्रेजी मीडिया बुलाया करांगे कोर्ट दे विच खड़ के अंग्रेजी दे विच आपदा मुकदमा लड़ांगे अंग्रेजा नू दसांगे कि तुसी साडे मुल्क ते कब्जा करी बैठे हो यह सारा कुछ अगले दिन अखबारां च छपिया करू पंडित जी अपनी जिहड़ी आजादी की लड़ाई है थोड़ी जी ढिल्ली पै गई उहनू बहुत बूस्ट मिलेगा जी फिर की हुंदा है मुकदमा लंबे तो लंबा लै जाएंगे फांसी होजू वध तो वध आ सोच है जी इहनू कहिंदे आ लीडर जिहड़ा आप मूहरे लगे जिहड़ा आप मूहरे लगे उहनू लीडर कहिंदे आ इत्थे की करदे आ अजकल वाले जदों कोई मुसीबत आ जाती है लोगों मूहरे ला देंगे कहते चलो कुरबानी दो तो मौजा लैन वेले आप मूहरे आ जाते हैं शहीद आजम भगत सिंह जी कदे भी इस गल की चिंता नहीं सी कि आजादी किमें मिलेगी वो कहते आजादी तो आ जाऊगी वह तो आई पई है अज नहीं तो कल आजादी तो आ गई पर मैनू डर इस गल का आजादी तो बाद मुल्क केड़े हत्थां च जाऊगा आजादी तो बाद कौन चलाऊगा इस मुल्क नू डर बिल्कुल साबित हो गया सच्चा आजादी तो बाद जेड़े आए अंग्रेजा नालों भी बड़े लुटेरे अज भी मैनू बजुर्ग मिल जाते कई बार रैलिया से 90-90 साल पुराने वो ये कहते होंगे पुत इन्हां नालों तो अंग्रेजां दा ही राह चंगा सी जदों ये कहिंदे आ ना कि इन्हां नालों अंग्रेजां दा राज चंगा सी तां मेरे लूं कंडे खड़े हो जांदे उस वेले भगत सिंह जी की आत्मा तड़फदी होगी कि जे उन्हां नूं ही चंगे कहाउणा सी अंग्रेजां नूं जे उन्हां कोल ही 40-40 लख रुपया मां दियां बालियां बेच के ते जमीन बेच के उन्हां कोल ही जाणा सी फिर शहीद आजम भगत सिंह राजगुरु सुखदेव A South Asian Canadian channel.